समूह सत्संगी जनों, वाहिगुरु जी का खालसा, वाहिगुरु जी की फतेह। सत्कारयोग ज्ञानी गुरबचन सिंह होरां ने आप जी नाल 1984 दे उस घल्लूघारे दे बाबत जो साडा पिछोकड़ दा इतिहास है ਉਹ ਸੰਖੇਪ ਵਿੱਚ ਰੱਖ ਕੇ ਕੜੀਆਂ ਸਾਂਝੀਆਂ ਕੀਤੀਆਂ ਹਨ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਜੂਨ 1984 ਦਾ ਇਹ ਘੱਲੂਘਾਰਾ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਸਾਡੇ ਮਨ ਅੰਦਰ ਜਿੱਥੇ ਰੋਸ ਪੈਦਾ ਹੁੰਦਾ ਹੈ ਉੱਥੇ ਨਾਲ ਰੋਹ ਵੀ ਪੈਦਾ ਹੁੰਦਾ ਹੈ कि आखिर गुनाह के सी, कसूर के सी, जो इन्ना कुछ एकदम वापर गया। पर इथे आण के एक गल होर सामने आ जाती है कि जदों असी 1984 दे जून जां नवंबर वाली गल पढ़ते हाँ, सुनते हाँ, तो साढ़े समाज के दो हिस्से हो जाते हैं। कुछ ठीक ठहरा लग जाते हैं, कुछ गलत ठहरा लग जाते हैं। कुछ कहते इंज नहीं सी होना चाहिए, कुछ कहते इंज नहीं सी होना चाहिए, आ नहीं सी करना चाहिए, आ करना चाहिए सी, इत्थे नहीं सी बहना चाहिए, इत्थे बहना चाहिए सी, इत्यादिक। ठीक है, असी आपो अपनियां भावनावां सारे प्रगट करन दा हक रखते हैं, पर जदों असी 1984 ਦੇ ਇਸ ਘੱਲੂਘਾਰੇ ਨੂੰ ਬਾਕੀ ਇਤਿਹਾਸ ਨਾਲੋਂ ਅਲੱਗ ਕਰਾਂਗੇ ਸਾਨੂੰ ਇਹ ਟਪਲੇ ਲੱਗਣਗੇ, ਭੁਲੇਖੇ ਲੱਗਣਗੇ। ਸ਼ਾਇਦ ਅਸੀਂ ਗਲਤੀ ਕਰ ਬੈਠੇ, ਸ਼ਾਇਦ ਉਹਨਾਂ ਨੇ ਗਲਤੀ ਕਰ ਦਿੱਤੀ ਹੈ। ਨਹੀਂ, ਥੋੜ੍ਹਾ ਜਿਹਾ ਧਿਆਨ ਨਾਲ ਸਮਝਣ ਦੀ ਲੋੜ ਹੈ। ਜਿਵੇਂ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਜੀ ਨੇ ਆਪ ਜੀ ਦੇ ਨਾਲ ਇਹ ਸਾਰੀ ਲੜੀਵਾਰ ਵਿਚਾਰ ਸਾਂਝੀ ਕੀਤੀ ਹੈ ਕਿ ਆਖਰ ਇਹ ਮਸਲਾ ਬੰਦਿਆਂ ਦਾ ਨਹੀਂ, ਇਹ ਮਸਲਾ ਕਿਸੇ ਜਗ੍ਹਾ ਦਾ ਨਹੀਂ, ਮਸਲਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੀ ਵਿਰੋਧਤਾ ਦਾ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਵਿਰੋਧਤਾ ਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਰੋਧਤਾ ਨਹੀਂ ਹੋਈ। ਭੂਤਨਾ ਮਿਤਾਲਾ ਕਹਿਣ ਵਾਲੇ ਕੌਣ ਸਨ ਤੇ ਕਿਉਂ ਕਹਿੰਦੇ ਸਨ? ਕੀ ਗੁਰੂ ਅਮਰਦਾਸ ਜੀ ਨੂੰ ਲਾਹੌਰ ਪੇਸ਼ੀ ਵਾਸਤੇ ਨਹੀਂ ਸੱਦਿਆ ਗਿਆ, ਜਿੱਥੇ ਬਾਬਾ ਜੇਠਾ ਜੀ ਜਾ ਕੇ ਸਾਰਾ ਗੁਰੂ ਘਰ ਵੱਲੋਂ ਸਪਸ਼ਟੀਕਰਨ ਦੇ ਕੇ ਆਏ, ਸਵਾਲਾਂ ਦੇ ਉੱਤਰ ਦੇ ਕੇ ਆਏ? ਗੁਰੂ ਅਮਰਦਾਸ ਜੀ ਦੀ ਪੇਸ਼ੀ ਲਾਹੌਰ ਕਿਉਂ ਹੁੰਦੀ ਆ? ਉਹ ਕੌਣ ਲੋਕ ਸਨ ਜਿਹੜੇ ਉੱਥੇ ਪੇਸ਼ੀ ਕਰਾਉਣਾ ਚਾਹੁੰਦੇ ਸਨ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਕਿਹੜਿਆਂ ਕਾਰਨਾਂ ਕਰਕੇ ਹੋਈ? ਕੀ ਗੁਰੂ ਅਰਜਨ ਸਾਹਿਬ ਕਿਸੇ ਦਾ ਕੁਝ ਵਿਗਾੜਦੇ ਸਨ? ਕੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਸੇ ਦਾ ਨੁਕਸਾਨ ਕਰਦੇ ਸਨ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਾਰ ਜੰਗਾਂ ਲੜਨੀਆਂ ਪਈਆਂ, ਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਦੀ ਜਗ੍ਹਾ ਮੱਲੀ ਸੀ? ਕੀ ਗੁਰੂ ਹਰਗੋਬਿੰਦ ਸਾਹਿਬ ਕਿਸੇ ਤੇ ਜ਼ੁਲਮ ਕਰ ਰਹੇ ਸਨ ਪਰ ਚਾਰ ਜੰਗਾਂ ਫਿਰ ਵੀ ਲੜਨੀਆਂ ਪਈਆਂ? ਸੱਤਵੇਂ ਪਾਤਸ਼ਾਹ ਜੀ ਨੂੰ ਹਰ ਵੇਲੇ 2200 ਘੋੜ ਸਵਾਰ ਤਿਆਰ ਦਰ ਤਿਆਰ ਰੱਖਣੇ ਪਏ, ਹਰ ਵੇਲੇ 2200 ਘੋੜ ਸਵਾਰ ਸੱਤਵੇਂ ਪਾਤਸ਼ਾਹ ਜੀ ਨੂੰ। ਨੌਵੇਂ ਪਾਤਸ਼ਾਹ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ। ਸ਼ਹੀਦ ਕਰਨ ਤੋਂ ਬਾਅਦ ਹੁਕਮ ਇਹ ਹੋਇਆ ਕਿ ਇਸ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਦਰਵਾਜ਼ਿਆਂ ਤੇ ਟੰਗ ਦਿਓ ਤਾਂ ਕਿ ਪਤਾ ਲੱਗੇ ਕਿ ਹਕੂਮਤ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਕੀ ਹੁੰਦਾ ਆ। ਗੁਰੂ ਤੇਗ ਬਹਾਦਰ ਸਾਹਿਬ ਵਰਗੀ ਮਹਾਨ ਸ਼ਖਸੀਅਤ, ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਾਂਤੀ ਦੀ ਮੂਰਤ, ਐਸਾ ਕਿਉਂ ਕੀਤਾ ਗਿਆ? ਕਿਉਂ ਉਹਨਾਂ ਨਾਲ ਇਸ ਤਰੀਕੇ ਨਾਲ ਜ਼ੁਲਮੀ ਲੋਕ ਪੇਸ਼ ਆਏ? ਤਿੰਨ ਪਿਆਰੇ ਸਿੱਖ ਇਹ ਕਾਰੇ ਨਾਲ ਚੀਰਿਆ, ਦੂਜਾ ਦੇਗ ਵਿੱਚ ਉਬਾਲਿਆ, ਤੀਜਾ ਰੂਹ ਬੰਨ੍ਹ ਕੇ ਸਾੜ ਦਿੱਤਾ ਗਿਆ। ਕੀ ਕਸੂਰ ਸੀ ਉਹਨਾਂ ਸਿੱਖਾਂ ਦਾ? ਇਹ ਕੋਈ ਅੱਜ ਦੀ ਤਾਜ਼ਾ ਘਟਨਾ ਨਹੀਂ ਹੈ ਕਿ 1984 ਚ ਸਾਡੇ ਨਾਲ ਕੁਝ ਨਵੇਕਲਾ ਹੋਇਆ। ਧਿਆਨ ਨਾਲ ਵੇਖਾਂਗੇ ਤੇ ਅਸਲੀਅਤ ਵਿੱਚ ਸਾਨੂੰ ਪਿਛਲੇ ਇਤਿਹਾਸ ਨੂੰ ਨਾਲ ਜੋੜ ਕੇ ਵੇਖਣਾ ਪਏਗਾ ਕਿ ਅਸਲੀਅਤ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸੱਚ ਦੇ ਆਧਾਰਿਤ ਹੈ, ਇਨਕਲਾਬ ਦੀ ਇਨਕਲਾਬੀ ਵਿਚਾਰਧਾਰਾ ਹੈ, ਕਿਸੇ ਝੂਠ ਨੂੰ, ਫਰੇਬ ਨੂੰ, ਪਖੰਡ ਨੂੰ ਪਸੰਦ ਨਹੀਂ ਕਰਦੀ। ਗੁਰੂ ਨਾਨਕ ਜੀ ਦੀ ਵਿਚਾਰਧਾਰਾ ਹਰ ਫਰੇਬ ਨੂੰ, ਧੋਖੇ ਨੂੰ ਨੰਗਿਆਂ ਕਰ ਦਿੰਦੀ ਹੈ ਤੇ ਜਿਹੜੇ ਬੇਈਮਾਨ ਝੂਠੇ ਲੋਕ ਨੇ
जेड़े लुट खाने लोग ने उन्होंने हमेशा ही यह जतन किया है कि जेड़ी चीज साडे पर्दे चुकती है उस चीज को खत्म कर दियो। सतगुरु की बाणी का एक फैसला है, मैं पढ़ के समाप्ति करा। सतगुरु कहते नाओ फकीर है पातशाह, नाओ फकीर है पातशाह। कहते कि वड्डा उपद्र हो रहा, कि वड्डा कलयुग वापरिया हो, जेड़ा कंगाल बंदा है उन्हों पातशाह आख्या जाता है, कंगाल पातशाह आख्या जाता है। नाओ फकीर है पातशाह, मूर्ख पंडित नाओ। जेड़ा अत का मूर्ख है उन्होंने विद्वान किया जा रहा है, जेड़ा कंगाल है लोभी है लुटेरा है उन्होंने पातशाह, जेड़ा मूर्ख है उन्होंने विद्वान किया जा रहा है। नाओ फकीर है पातशाह, मूर्ख पंडित नाओ। तो सतगुरु नाल कहिंदे अंधे का नाओ पारखू, जेड़ा अन्ना आ उन्होंने परखण वाला किया जा रहा है, अन्ने नू पारखू किया, अग्ञानी नू पारखू किया जा रहा है, एवें करे गवाओ। फिर अगे कहिंदे इल्लत का नाओ चौधरी, जेड़ा शरारती है उन्हों समाज चौधरी कहता है। इलत का नाओ चौधरी, कूड़ी पूरे थाओं, जेड़ी झूठी है वह सब तो अगे होके अगवाई देने वाली गल करती है। कूड़ी पूरे थाओं, नानक गुरमुख जानी है कल का ये न्याओ। आया कलयुग के लक्षण, जदों कंगाल बंदे आगू बन जान, जदों मूर्ख बंदे विद्वान बन जान, जदों अन्ने बंदे परखण वाले हो जान, जदों शरारती चौधरी बन जान, ते झूठे जेड़े है वह अगले पासे सलामा देने वाले हो जान, उदों कहिंदे ये वड्डा कलयुग का उपद्र जेड़ा वह दिस आउंदा है। इत्थे नाल ध्यान वाली गल है, गुरु नानक साहब जी तो लैके गुरु गोबिंद सिंह जी तक का इतिहास तुसी मैं तुहाडे सामने मोटे मोटे तथ रखे ने, तुसी सारे इतिहास नूं ध्यान विच रखो। तो एक गल स्पष्ट हो जाती है कि हिंदुस्तान की धरती पर अकल नूं धक्के पैंदे है, हिंदुस्तान की धरती पर चंगयाई नूं फाह दिता जांदा है, हिंदुस्तान की धरती पर इत्थे जेड़ा भला पक्ष है उसनों तबाह करन लई अड्डी चोटी का जोर ला दिता जाता है। फिर एक बार दोहरावां, हिंदुस्तान की धरती पर अकल नूं कोई थां नहीं, कोई मान नहीं, कोई सन्मान नहीं, अकल नूं हमेशा ही धक्के पए है। जे अकल नूं धक्के पए है तो हशर भी देख सकते हैं कि टके टके दे बंदे हिंदुस्तान पर हमला करन आए और इतों का माल असबाब 500 बंदियां नाल लुट के ते ओ गजनी दे बाजारां च जाके टके टके नूं वेच दे रहे। हजारां सालां दी गुलामी हिंदुस्तान दे गल रही, हजारां साल पशुआं वर्गा भैड़ा जीवन बतीत कीता। जे अकल नाल धक्का होया है ते अकल नाल धक्का होण दा खमियाजा वी साडे समाज नूं पूरी तरह भुगतना पिया आ, पूरी तरह भुगतना पिया आ। इह ते भला होवे अकाल पुरख सच्चे पातशाह ने कृपा की, धन गुरु नानक साहब आए, कबीर साहब वर्गे आए, नामदेव जी वर्गे आए, इत्थे गुरु अर्जन साहब सच्चे पातशाह शहीदी दित्ती, साडे लई गुरु तेग बहादुर साहब सच्चे पातशाह जी ने अपना शेष धर तो अलग करवाया, गुरु गोबिंद सिंह महाराज जी ने अपने चारे लाडले गभरू पुत्र साडे तो कुरबान किए, माता पिता कुरबान किए, अपना सुख आराम कुरबान करके माछीवाड़े के जंगलों में कंडिया से लेटना प्रवान कर लिया। गुरु सवारियों यह तो उन्हां दी दित्ती बख्शिश है कि अज साडे सिर ते दस्तार है, यह तो उन्हां दी बख्शिश है अज सानू कोई सरदार कहिंदा है, यह तो उन्हां दी मेहर है अज असीं अणख नाल ते इज्जत नाल धौण थोड़ा बहुता उची करन जोगे होए हां, वरना इस समाज दे हाकम इस समाज दे धार्मिक लोग पूरी तरह सानू पशु बना के मंडियां च वेचना ते साडा हर प्रकार का शोषण करना ये इन्हां दे हिस्से आया होया सी। पर गुरु सवारियो असी गुरु साहब के इनकलाब अज चेते नहीं किते, गुरु साहब के पारोपकारा भुला दिता आ, असी गुरु साहब दियां दित्तियां बख्शिशां नूं एक पासे करके ते असी अपना ही लालच लोभ अगे रखी फिरदे आ, महाराज सानू आ दे दे आ दे दे आ दे दे। ठीक है, सानू सब कुछ चाहिए गुरु दर तो, पर नाल नाल जो गुरु बख्शिशां हन गुरु मेहरां हन उन्हां नूं भी कदी भुलाउणा नहीं चाहिए। दसवें पातशाह जी की शहीदी
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ, ਉਸ ਤੋਂ ਬਾਅਦ ਤਕਰੀਬਨ 100 ਸਾਲ ਸਿੱਖਾਂ ਦਾ ਜੰਗਲਾਂ ਵਿੱਚ ਰਹਿਣਾ, ਬੱਚਿਆਂ ਦੇ ਟੋਟੇ ਗਲਾਂ ਵਿੱਚ, ਆਂਦਰਾਂ ਗਲਾਂ ਵਿੱਚ ਹਾਰ, ਬੱਚਿਆਂ ਦੇ ਟੋਟੇ ਝੋਲੀਆਂ ਵਿੱਚ ਪਾਉਣੇ, ਬੰਦ ਬੰਦ ਕੱਟੇ ਜਾਣੇ, ਚਰਖੜੀਆਂ ਤੇ ਚੜ੍ਹ ਜਾਣਾ। ਗੁਰੂ ਸਵਾਰਿਓ, ਕਦੀ ਇਹ ਸਾਰੇ ਇਤਿਹਾਸ ਨੂੰ ਧਿਆਨ ਵਿੱਚ ਰੱਖ ਕੇ ਵੇਖੋ, ਸਿੱਖਾਂ ਦਾ ਗੁਨਾਹ ਕੀ ਸੀ, ਸਿੱਖਾਂ ਨੇ ਕਿਹੜਾ ਪਾਪ ਕੀਤਾ ਸੀ। ਸਰਬੱਤ ਦੇ ਭਲੇ ਦੀ ਭਾਵਨਾ ਮੰਗਣ ਵਾਲੀ ਕੌਮ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ ਰੱਖਣ ਵਾਲੀ ਇਹ ਕੌਮ, ਅਕਾਲ ਪੁਰਖ ਤੋਂ ਸਾਰਿਆਂ ਦਾ ਭਲਾ ਮੰਗਣ ਵਾਲੀ ਇਹ ਕੌਮ, ਹਰ ਬਿਨਾਂ ਭੇਦ ਭਾਵ ਤੋਂ ਸਾਰਿਆਂ ਨੂੰ ਲੰਗਰ ਛਕਾ ਦੇਣ ਵਾਲੀ ਇਹ ਕੌਮ, ਕੀ ਹੋਇਆ ਇਹਨਾਂ ਪਾਪੀਆਂ ਦੇ ਢਿੱਡ ਕਿਉਂ ਦੁਖਦੇ ਨੇ, ਵਾਰ ਵਾਰ ਜ਼ੁਲਮ ਤੇ ਕਿਉਂ ਉਤਰਦੇ ਨੇ। ਇੱਥੇ ਹੀ ਬਸ ਨਹੀਂ, ਇਸ ਅੱਗ ਨੇ ਇਹਨਾਂ ਕੰਧਾਂ ਨੇ, ਇਹਨਾਂ ਤਲਵਾਰਾਂ ਨੇ, ਬਰਸ਼ੀਆਂ ਨੇ ਸਾਡਾ ਕਦੇ ਪਿੱਛਾ ਨਹੀਂ ਛੱਡਿਆ। ਇਹ ਤਲਵਾਰਾਂ, ਇਹ ਬਰਸ਼ੀਆਂ, ਇਹ ਅੱਗ, ਇਹ ਬਾਕੀ ਸਾਰਾ ਕੁਝ ਅੱਜ ਤੱਕ ਅਕਲ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਅਕਲ ਦੇਣੀ ਚਾਹੁੰਦੇ ਸੀ, ਅੱਗ ਤੇ ਬਿਠਾ ਕੇ ਛਾਲਿਓ ਛਾਲੀ ਕੀਤਾ ਗਿਆ, ਸੀਸ ਵਿੱਚ ਗਰਮ ਰੇਤ ਪਾ ਦਿੱਤੀ ਗਈ। ਪਰ ਵੇਖਿਓ, ਇਹ ਇੱਥੇ ਹੀ ਗੱਲ ਨਹੀਂ ਬਸ ਹੋਈ, 1984 ਦੇ ਵਿੱਚ ਸਾਰਾ ਕੁਝ ਫਿਰ ਦੁਹਰਾਇਆ ਗਿਆ, ਉਹੀ ਟਾਇਰ, ਉਹੀ ਸਾਰਾ ਕੁਝ ਦੁਬਾਰਾ ਵਰਤੋਂ ਵਿੱਚ ਲਿਆਂਦਾ ਗਿਆ। ਕੀ ਇਹ ਜ਼ੁਲਮ ਦੀ ਹੱਦ ਕਿਤੇ ਖਤਮ ਹੋ ਗਈ ਹੈ? ਆਪ ਜੀ ਨੂੰ ਚੇਤਾ ਹੋਣਾ, ਪਿਛਲੇ ਬੀਤੇ ਸਾਲਾਂ ਦੇ ਵਿੱਚ ਹਰਿਆਣੇ ਦੀ ਧਰਤੀ ਤੇ ਇੱਕ ਬੋਰ ਵਾਲੇ ਟਿਊਬਲ ਵਾਲੇ ਟੋਏ ਦੇ ਵਿੱਚ, ਡੂੰਘੇ ਟੋਏ ਦੇ ਵਿੱਚ ਇੱਕ ਬੱਚਾ ਡਿੱਗ ਪਿਆ ਸੀ, ਪ੍ਰਿੰਸ। ਇੱਕ ਬੱਚਾ ਡਿੱਗਿਆ ਸੀ, ਪ੍ਰਿੰਸ। ਜਦੋਂ ਉਹ ਪ੍ਰਿੰਸ ਦੇ ਡਿੱਗਣ ਦੀਆਂ ਖਬਰਾਂ ਆਲੇ ਦੁਆਲੇ ਫੈਲੀਆਂ, ਮੀਡੀਆ ਨੇ ਬੜਾ ਜ਼ਿਆਦਾ ਰੌਲਾ ਪਾਇਆ, ਸਾਰੇ ਟੀਵੀ ਚੈਨਲ ਉੱਥੇ ਲੱਗ ਗਏ, ਫੌਜ ਫਟਾਫਟ ਪਹੁੰਚ ਗਈ। ਕੀ ਹੈ? ਇੱਕ ਪ੍ਰਿੰਸ ਨੂੰ ਬਚਾਉਣਾ ਹੈ, ਪ੍ਰਿੰਸ ਬੋਰ ਵਿੱਚ ਡਿੱਗ ਪਿਆ ਹੈ, ਪ੍ਰਿੰਸ ਦੀ ਜਾਨ ਬਚਾਉਣੀ ਹੈ, ਬੜਾ ਵੱਡਾ ਪਾਰੋਪਕਾਰ ਹੈ, ਭਲਾ ਹੈ। ਫੌਜ ਨੂੰ ਬਹੁਤ ਮਾਣ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਾ। ਮੈਂ ਇਹ ਨਹੀਂ ਕਹਿੰਦਾ ਕਿ ਪ੍ਰਿੰਸ ਨੂੰ ਨਹੀਂ ਸੀ ਬਚਾਇਆ ਜਾਣਾ ਚਾਹੀਦਾ, ਹਰ ਪ੍ਰਿੰਸ ਨੂੰ ਬਚਾਇਆ ਜਾਣਾ ਚਾਹੀਦਾ, ਪ੍ਰਿੰਸ ਦੀ ਜਾਨ ਬੜੀ ਕੀਮਤੀ ਹੈ। ਪ੍ਰਿੰਸ ਦੀ ਮਾਂ ਔਰ ਪ੍ਰਿੰਸ ਦੇ ਪਰਿਵਾਰ ਨੇ ਉਸ ਵਕਤ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਸਾਰਿਆਂ ਦਾ ਧੰਨਵਾਦ ਕੀਤਾ ਸੀ, ਸਾਡਾ ਪ੍ਰਿੰਸ ਤੁਸੀਂ ਬਚਾ ਦਿੱਤਾ ਆ। ਪਰ ਧਿਆਨ ਰੱਖਣ ਵਾਲੀ ਗੱਲ ਹੈ, ਹਿੰਦੁਸਤਾਨ ਦੀ ਧਰਤੀ ਤੇ ਡਿੱਗੇ ਹੋਏ ਬੋਰ ਵਿੱਚੋਂ ਇੱਕ ਪ੍ਰਿੰਸ ਨੂੰ ਬਚਾ ਲੈਣ ਨਾਲ ਭਾਰਤੀ ਫੌਜ ਦਾ ਰੁਤਬਾ ਉੱਚਾ ਨਹੀਂ ਹੋ ਜਾਂਦਾ, ਸਗੋਂ ਇਹ ਵੀ ਚੇਤਾ ਰੱਖਣਾ ਪਏਗਾ, ਉਹ ਵੀ ਕਿਸੇ ਦੇ ਪ੍ਰਿੰਸ ਸਨ ਜਿਹੜੇ ਪ੍ਰਕਰਮਾਂ ਦੇ ਵਿੱਚ ਚੁੱਕ ਚੁੱਕ ਮਾਰੇ ਹੈ, ਉਹ ਵੀ ਕਿਸੇ ਦੇ ਪ੍ਰਿੰਸ ਸਨ ਜਿਹੜੇ ਧਿਆਏ ਵਿਲਕਦੇ, ਜਿਨ੍ਹਾਂ ਨੂੰ ਪਾਣੀ ਦੀ ਘੋਟ ਨਹੀਂ ਦਿੱਤੀ ਗਈ, ਉਹ ਵੀ ਕਿਸੇ ਦੇ ਪ੍ਰਿੰਸ ਸਨ, ਉਹਨਾਂ ਨੇ ਕੋਈ ਗੁਨਾਹ ਨਹੀਂ ਸੀ ਕੀਤਾ, ਜਿਹੜੇ ਪੈਰਾਂ ਹੇਠ ਰੱਖ ਕੇ ਬੂਟਾਂ ਥੱਲੇ ਲਤਾੜ ਦਿੱਤੇ ਗਏ ਹੈ। ਇੱਕ ਪ੍ਰਿੰਸ ਨੂੰ ਬਚਾਉਣ ਨਾਲ ਭਾਰਤੀ ਫੌਜ ਉੱਚੀ ਹੋ ਗਈ ਤੇ ਹਜ਼ਾਰਾਂ ਪ੍ਰਿੰਸ ਬੂਟਾਂ ਦੇ ਥੱਲੇ ਕੁਚਲ ਦਿੱਤੇ ਗਏ, ਗੋਲੀਆਂ ਨਾਲ ਭੁੰਨ ਦਿੱਤੇ ਗਏ, ਪਾਣੀ ਤੋਂ ਧਿਆਏ ਤੇ ਰੋਟੀ ਤੋਂ ਭੁੱਖੇ ਮਾਰ ਦਿੱਤੇ ਗਏ। ਉਹਨਾਂ ਪ੍ਰਿੰਸਾਂ ਨੂੰ ਅੱਜ ਤੱਕ ਵੀ ਮਾਣ ਸਨਮਾਨ ਤੇ ਇਨਸਾਫ ਸਾਡੇ ਲੋਕਾਂ ਵੱਲੋਂ ਨਹੀਂ ਮਿਲਿਆ। ਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਸਿਰ ਹਿਲਾ ਕੇ ਮੁੜ ਜਾਣਾ ਇੰਨਾ ਕਾਫੀ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਕੇ ਭੇਟਾ ਪੂਜਾ ਰੱਖ ਜਾਣੀ ਤੇ ਆਪਣੇ ਫਰਜ਼ਾਂ ਤੋਂ ਕੁਟਾਈ ਕਰੀ ਜਾਣੀ, ਕੀ ਇੰਨਾ ਕਾਫੀ ਹੈ? ਆਪਣੇ ਫਰਜ਼ ਪਛਾਣਨੇ ਚਾਹੀਦੇ ਹੈ। ਅੱਜ ਮੈਨੂੰ ਅਫਸੋਸ ਹੈ, ਜਦੋਂ ਦੀਵਾਲੀ ਦਾ ਦਿਨ ਆਉਂਦਾ ਬੜੇ ਪਟਾਕੇ ਚੱਲਦੇ ਹੈ, ਬੜੀਆਂ ਮਠਿਆਈਆਂ ਖਾਧੀਆਂ ਜਾਂਦੀਆਂ, ਹਰ ਘਰ ਦੇ ਉੱਤੇ ਦੀਪਮਾਲਾ ਕਰਨ ਦਾ ਜ਼ੋਰ ਲੱਗਦਾ, ਅਸੀਂ ਦੀਪਮਾਲਾ ਕਰਨੀ, ਅਸੀਂ ਦੀਵੇ ਜਗਾਉਣੇ ਆ, ਜੁਗ ਜੁਗ ਮਨਾਓ ਦੀਵਾਲੀ। ਪਰ ਇੱਕ ਗੱਲ ਦਾ ਧਿਆਨ ਰੱਖੋ, ਜਿਸ ਘਰ ਵਿੱਚ ਇੱਕ ਬੰਦੇ ਦੀ ਮੌਤ ਹੋ ਜਾਏ, ਜਿਸ ਘਰ ਵਿੱਚੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਉਸ ਘਰ ਵਿੱਚ ਦੀਵਾਲੀ ਨਹੀਂ ਮਨਾਈ ਜਾਂਦੀ, ਉਸ ਘਰ ਵਿੱਚ ਖੁਸ਼ੀਆਂ ਨਹੀਂ ਮਨਾਈਆਂ ਜਾਂਦੀਆਂ। ਸਾਰੇ ਲੋਕ ਦੀਵਾਲੀ ਮਨਾਉਣ, ਪਰ ਜਿਸ ਘਰ ਵਿੱਚ ਮੌਤ ਹੋਈ ਹੈ, ਉਸ ਘਰ ਵਿੱਚ ਨਾ ਦੀਵਾਲੀ, ਨਾ ਮਠਿਆਈ, ਨਾ ਹੋਰ ਕੋਈ ਖੁਸ਼ੀ ਦਾ ਤਿਉਹਾਰ ਮਨਾਇਆ ਨਹੀਂ ਜਾਂਦਾ, ਕਿਉਂਕਿ ਸਾਡਾ ਕੋਈ ਪਿਆਰਾ ਚੜ੍ਹਾਈ ਕਰ ਗਿਆ ਹੈ। ਪਰ ਕੀ ਸਾਡੀ ਕੋਈ ਅਕਲ ਨਹੀਂ ਕੰਮ ਕਰ ਰਹੀ? ਕੀ ਸਾਨੂੰ ਕੋਈ ਸੋਚਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ? ਸਾਡੀ ਕੌਮ ਦੇ
ढाई लाख तो उत्ते 1984 च 78 तो लैके 95 तक ढाई लाख तो उत्ते साढ़े इस खालसा पंथ के मैंबर इन्होंने रोड़ दिते मार दिते खत्म कर दिते उन्हां चुल्हिआं ते घा हो गया मावां रोंदियां अन्नियां हो गईआं भैणां तरसदियां रहीआं वीरां नूं कि उह साढ़े परिवार के मैंबर नहीं सन कि उह साढ़े अपने नहीं सन सानू किधरों खुशियां चढ़िया ने दिवालियां मनाउण दियां सानू किधरों खुशियां चढ़िया ने मठियाइया वंडण ते दीपमाला करन दियां सानू तां इह दिन अजे भी उसे तरह मनाउणे चाहीदे है 28 साल बीत चुके है पर ना किसे एक बंदे नू सजा होई ना किसे नू दुर लाणत होई ना किसे वल उंगल जिहड़ा उंगल चुकदा है उल्टा उसे नू दबाउण दी उसे नू ही लप्पण दी ते धमकाउण दियां जिहड़ियां चालां ने उह शुरू हो जांदियां ने गुरु सवारियो गुरु गोबिंद सिंह महाराज जी दे चार साहिबजादे शहीद होए उन्हां चार साहिबजादियां दी शहीदी दा ओ दर्द लैके शहीदी वाला अंदर प्यार लैके जज्बा लैके चार साहिबजादियां दे थां ते हजारों साहिबजादे गुरु के उठ के खड़े होए ऐ कलगियां वाले पातशाह तू अपने चार शहीद करा के सानू आखिया सी इन पुत्रन के शीस पर वार दिए सुत चार चार मुए ता क्या भया जीवत कई हजार सची कई हजार खड़े होए हर घर विचों अजीत सिंह पैदा होया हर घर विचों फतेह सिंह पैदा होया हर घर विचों जुझार सिंह ते जोरावर सिंह पैदा होया कोई घाट ना आई और गुरु के लाडलिया ने अपने जिसम ते अपने शरीर ते हर जुल्म नू झल लिया पर गुरु नानक साहब सच्चे पातशाह जी का इनकलाबी नारा उच्चा रखिया कदी गुरु नानक साहब की विचारधारा का पला ढिलाना पैन दिता अज की कारण है अज सब कुछ हुंदिया होया भी असी गुरु नानक की विचारधारा का पला ढिला करी बैठे हाँ गुरु नानक जी की विचारधारा नू छड के असी देवी देवते ते होर पता नहीं किधर किधर भुलेखियां विच भजे फिरदे हाँ ये उही देवी देवते ने जिन्हां ने गुरु नानक साहब तो पहला पूजा बथेरी करवाई पर बांह किसी की ना फड़ी गुरु नानक साहब की कृपा नाल हिंदुस्तान की धरती तो जुलमी राज दियां जड़ां पुटियां गईयां गुरु नानक साहब की कृपा दे नाल इत्थे लोकां नू अणख नाल इज्जत नाल जिउण दा पता लग्या अपने अहसां अपने फर्जां की पछाण होई पर अज जिस गुरु ने कृपा करके हिंदुस्तान विच इज्जत अणख और स्वयमान की जोत जगाई है उस गुरु वालों ही असी पिठ दे के ते आसे पासे फिर भजन लग पए हाँ पत्थरों की पूजा कि गुरु नानक साहब तो पहला पत्थरों की पूजा नहीं सी होंदी पत्थरों की पूजा वालों ने किया की सी कि इत्थे देवी देवत्या की पूजा नहीं सी होंदी 33 करोड़ देवी देवत्या की पूजा होंदी सी पर किया की है किहड़ा इनकलाब खड़ा किया किहदे खिलाफ जंग लड़ी किहदा हथ फड़िया किहनूं आखिया बाबर तों जालम है किसी नूं नहीं आखिया गया वह गुरु नानक साहब ही सन और गुरु नानक साहब के नक्शे कदमों से चलन वाले मरजीवड़े गुरसिख सन जिन्हां ने यह सारा जुल्म रोकिया जुल्म रोक के धियां भैणां नूं छड़वा के घरों घरी पहुंचाउण दा अहद लिया आओ गुरु सवारियो अपने फर्जां नूं पछाणीए अपनियां जिम्मेवारियां नूं पछाणीए गुरु के बणीए गुरु की विचारधारा नूं लैके चलीए और जे होर कुछ नहीं कर सकते असीं इन्ना जरूर करिए कि अपने आप नूं सिखी दायरे विच रखिए रहतां विच रखिए मर्यादा विच रखिए सिखी असूलों ते पहरा देईए और जे कौम का हिस्सा बन के रवांगे ते कौम लई लड़न वालियां दा माण ते सिर होर उच्चा होएगा ते जे इह गल कहीए कि सानू की लगे जी असी की करिए जी असी ते लगे छड़न असी नहीं करते पाठ असी नहीं जाते गुरुद्वारे असी मन्नांगे बाबे नू असी जावांगे डेरे ते असी करावांगे धागे असी करावांगे तवीत ते आउण वाला समा पुछेगा एक पासे आ सिधांतां दी खातर लड़ मरन वाले मरजीवड़े है एक पासे बहादुर ते सूरमियां दी कतार खड़ी है ते आ उन्हां दे वारस धागियां तवीतां ते विश्वास रखदे है आ उन्हां दे वारस जोतशियां दे अगे हथ विखाउंदे है उन्हां दे वारस बाबियां अगे गोडे टेकी फिरदे ने आउण वाला समा सानू जरूर पुछेगा आओ अपने फर्जां दी पछाण करिए अपनियां जिम्मेवारियां नू संभालिए घर घर विच बैठ के पाठ करिया करो समझिया करो गुरबाणी नू और भरमां भुलेखियां नू छड के आओ अपने जीवन नू सुचज्जा ते सच्यार बनाइए गुरु सवारियो अगलेरियां होर विचारां आप जी नाल वीर जी हरजिंदर सिंह जी सबरा लैके आउणगे और जून 1984 नवंबर
जो तथ ने वो तुहाडे नाल सांझे करनगे। आओ असी प्यार सहित बैठ के सुन दी खेचल करिए और जो तथ ने उन्होंने पछाण के ते असी आपो अपनियां जिम्मेवारियां संभालिए। सतगुरु जी कृपा करन, रहमत करन, अज भी सानू अपने फर्जा की पछाण करन दी जे जाच आ जाए ते अजे डुल्ले बेरां दा विगड़िया कुछ नहीं, असी गुरु ते माण करन वाले बन जावांगे। वाहिगुरु जी का खालसा, वाहिगुरु जी की फतेह।